ਕਿਸਾਨ ਆਗੂ ਅੱਜ ਪੁਖੜ ਹੜਤਾਲ ਤੇ ਬੈਠਣਗੇ ਔਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕਿਸਾਨੀ ਸੰਘਰਸ਼ ਹੋਰ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਟੀਕਰੀ ਬਾਰਡਰ ਤੋਂ ਮੇਰੇ ਸਹਿਯੋਗੀ ਵਿਕੀ ਪੁੱਲਰ ਜੁੜੇ ਨੇ ਜ਼ਿਆਦਾ ਜਾਣਕਾਰੀ ਲਵਾਗੇ ਵਿਕੀ ਟੀਕਰੀ ਬਾਰਡਰ ਤੇ ਅੱਜ ਕਿਸ ਤਰ੍ਹਾਂ ਦਾ ਸੂਰਤਿ ਹਾਲ ਦੇਖਣ ਨੂੰ ਮਿਲ ਰਿਹਾ ਔਰ ਕੁਲਮਲਾਕੇ ਦੇਖਿਆ ਜਾਵੇ ਤਾਂ ਅੱਜ ਕਿਸਾਨ ਆਗੂ ਪੁਖੜ ਹੜਤਾਲ ਤੇ ਵੀ ਬੈਠਣਗੇ ਔਰ ਮੁਲਕ ਪਰ ਦੇ ਵਿੱਚ ਡੀਸੀ ਪੱਦਰ ਦਾ ਜ਼ਿਲ੍ਹਾ ਪਧਰੀ ਜੋ ਹੈ ਉਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਰਾਓ ਵੀ ਕੀਤਾ ਜਾਣਾ ਬਿਲਕੁਲ ਮਨਪ੍ਰੀਤ ਕਿਉਂਕਿ ਸੰਘਰਸ਼ ਹਰ ਰੋਜ਼ ਤੇਜ਼ ਹੁੰਦਾ ਜਾ ਰਿਹਾ ਤੇ ਜਿਹੜੇ ਕਹਿ ਸਕਦੇ ਆ ਕਿ ਕਿਸਾਨਾਂ ਦੀ ਆਮਦ ਹੈਗੀ ਉਹ ਦਿੱਲੀ ਵੱਲ ਨੂੰ ਵਧਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਹੜੇ ਕਾਫਲੇ ਨੇ ਟਿਕਰੀ ਬਾਰਡਰ ਦੀ ਗੱਲ ਕੀਤੀ ਜਾਵੇ ਜਿਹੜੇ ਪਹਿਲਾਂ 12-13 ਕਿਲੋਮੀਟਰ ਦੇ ਏਰੀਆ ਦੇ ਵਿੱਚ ਸੀ ਹੁਣ ਉਹ 25-30 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਾਫਲੇ ਵੱਧ ਚੁੱਕੇ ਨੇ ਕਿਉਂਕਿ ਕਿਸਾਨ ਪਿੱਛੇ ਤੋਂ ਜਿਹੜਾ ਬੈਕਅਪ ਵੀ ਹੈ ਉਹ ਸ਼ੁਰੂ ਹੋ ਚੁੱਕਿਆ ਹੈਗਾ ਤੇ ਗੱਲ ਦੂਸਰੀ ਤਰਫ ਕਰੀਏ ਕਿ ਅੱਜ ਭੁਖ ਹੜਤਾਲ ਤੇ ਕਿਉਂਕਿ ਅਸਾਮ ਤੱਕ ਜਿਹੜੇ ਕਿਸਾਨ ਆਗੂ ਨੇ ਉਹ ਭੁਖ ਹੜਤਾਲ ਤੇ ਰਹਿਣਗੇ ਤੇ ਨਾਲ ਦੀ ਨਾਲ ਜਿਹੜੇ ਕਿ ਕਰੀਬ 700 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਿ ਪ੍ਰਦਰਸ਼ਨ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਵੀ ਬਣਾਈ ਜਾਏਗੀ ਕਿ ਕਿਸ ਤਰ੍ਹਾਂ ਸਰਕਾਰ ਨੂੰ ਘੇਰਿਆ ਜਾਵੇ ਤੇ ਕੱਲ ਨੂੰ ਅਗਰ ਗੱਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਟਿੱਕਰੀ ਬਾਰਡਰ ਦੇ ਉੱਪਰ ਕੱਲ ਨੂੰ ਪੰਜਾਬ ਦੇ ਜਿਹੜੇ ਖੁਦਕੁਸ਼ੀ ਕਰ ਚੁੱਕੇ ਪਰਿਵਾਰ ਨੇ ਕਿਸਾਨ ਨੇ ਜਿਹੜੇ ਕਰਜ਼ੇ ਦੇ ਚੱਲਦੇ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦੇ ਪਰਿਵਾਰ ਇੱਥੇ ਪਹੁੰਚਣਗੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਆਪਣੇ ਪਰਿਵਾਰ ਦੇ ਜਿਹੜੇ ਜੀ ਨੇ ਜਿਹੜੇ ਉਹਨਾਂ ਦੇ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦੀਆਂ ਫੋਟੋਆਂ ਲੈ ਕੇ ਇੱਕ ਵੱਡੇ ਪੱਦਰ ਦੇ ਉੱਪਰ ਸਰਕਾਰ ਨੂੰ ਦਿਖਾ ਜਾ ਬਗੇ ਪ੍ਰਦਰਸ਼ਨ ਕਰ ਕੀਤਾ ਜਾਏਗਾ ਕਿਉਂ ਤਾਂ ਜੋ ਜਿਹੜੇ ਕੁਝ মিডিਆ ਹਾਊਸ ਜਿਹੜੇ ਇਹ ਚੀਜ਼ਾਂ ਦਿਖਾ ਰਹੇ ਸੀ ਕਿ ਇਹ ਖਾਲਿਸਤਾਨੀ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਮਾਓਵਾਦੀਆਂ ਦੇ ਲੋਕਾਂ ਦੇ ਨਾਲ ਜਿਹੜੇ ਉਹਨਾਂ ਦੀਆਂ ਤਸਵੀਰਾਂ ਲੈ ਕੇ ਆਏ ਸੀ ਪਰ ਉਹ ਹੁਣ ਕਹਿਣਗੇ ਵੀ ਅਸੀਂ ਪਰਸੋਂ ਨੂੰ ਕੱਲ ਨੂੰ ਜਨਕੀ ਅਸੀਂ ਉਹ ਤਸਵੀਰਾਂ ਵੀ ਲੈ ਕੇ ਆਏ ਆ ਜਿਹੜੇ ਕਿਸਾਨ ਸਾਡੇ ਆਤਮ ਹੱਤਿਆ ਕਰ ਚੁੱਕੇ ਨੇ ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਚੁੱਕੇ ਨੇ ਇਸ ਤਰ੍ਹਾਂ ਦਾ ਕੁਝ ਵੀ ਕੱਲ ਨੂੰ ਦੇਖਣ ਨੂੰ ਮਿਲੇਗਾ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੁਣ ਸਵੇਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਟਿੱਕਰੀ ਬਾਰਡਰ ਤੇ ਸਵੇਰ ਹੋਈ ਹੈਗੀ ਤੇ ਕੈਮਰਾਮੈਨ ਚੋਂਗਾ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਤਿਆਰੀ ਦੇ ਵਿੱਚ ਨੇ ਕਿਸਾਨ ਇੱਥੇ ਖਾਣਾ ਵੰਡਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਆ ਨੌਜਵਾਨ ਨੇ ਸਾਡੇ ਬਜ਼ੁਰਗ ਨੇ ਜਿਹੜੇ ਇਸ ਸਮੇਂ ਤਿਆਰੀਆਂ ਵਨਪਿਤ ਖਾਣੇ ਦੀਆਂ ਹੋ ਰਹੀਆਂ ਨੇ ਕਿਉਂਕਿ ਇਹ ਟਿਕਰੀ ਬਾਰਡਰ ਦੇ ਬਹਾਦਰਗੜ ਰੋਡ ਦੀਆਂ ਤਸਵੀਰਾਂ ਨੇ ਤੇ ਆਸ-ਪਾਸ ਦੇ ਪਿੰਡਾਂ ਤੋਂ ਜਿਹੜੇ ਲੋਕ ਨੇ ਇਸ ਜਗ੍ਹਾ ਤੇ ਉਪਰ ਆਏ ਹੋਏ ਨੇ ਜਿਹੜੀ ਇਹ ਸੰਗਤ ਹੈਗੀ ਇਹ ਜ਼ਿਲ੍ਹਾ ਸੰਗਰੂਰ ਦੇ ਧੂਰਾ ਪਿੰਡ ਤੋਂ ਆਈ ਹੋਈ ਸੰਗਤ ਹੈਗੀ ਤੇ ਜਿੱਥੇ ਕੀ ਤਿਆਰੀ ਹੋ ਰਹੀ ਹੈ ਗੱਲਬਾਤ ਕਰ ਲੈਣੇ ਕੁਝ ਕਿਸਾਨ ਨਾਲ ਸਰ ਕਿਵੇਂ ਲੱਗਦਾ ਹੈਗਾ ਕਿ ਸੰਘਰਸ਼ ਕਾਫੀ ਲੰਮਾ ਹੋ ਚੁੱਕਿਆਗਾ ਅੱਜ ਭੁੱਖ ਹੜਤਾਲ ਤੇ ਵੀ ਜਿਹੜੇ ਕਿਸਾਨ ਆਗੂ ਉਹ ਬੈਠਣ ਜਾ ਰਹੇ ਨੇ ਹਾਂਜੀ ਬਿਲਕੁਲ ਕਿਉਂਕਿ ਆਪਾਂ ਲਗਾਤਾਰ 26 ਤਰੀਕ ਤੋਂ ਇੱਥੇ ਦਿੱਲੀ ਵੱਲੋਂ ਬਹੀਰਾਂ ਕੱਤੀਆਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਇੱਥੇ ਪਹੁੰਚ ਚੁੱਕੇ ਆ ਲਗਾਤਾਰ ਜਿਵੇਂ ਕਹਿੰਦੇ ਆ ਵੀ ਬੱਕਰੇ ਬੱਕਰੇ ਖੇਤਰ ਦੇ ਨਾਲ ਜੁੜੀਆਂ ਹੋਇਆ ਸ਼ਕਤੀ ਤਾਂ ਜਿਵੇਂ ਆੜਤੀਏ ਹੋਗੇ ਸਾਡੇ ਦੁਕਾਨਦਾਰ ਭਰਾ ਹੋਗੇ ਤੇ ਸਾਡੇ ਜਿਹੜੇ ਰਹਿੰਦੇ ਕਿਸਾਨ ਭਰਾ ਆ ਉਹ ਕਮੈਨਾ ਲੈ ਕੇ ਵੀ ਪੁੱਜਿਆ ਕਿਉਂਕਿ ਸਾਰੇ ਹਰ ਇੱਕ ਵਰਗ ਨੂੰ ਪੂਰਾ ਰੋਸ ਆ ਤੇ ਹੋਰ ਵੀ ਲਗਾਤਾਰ ਟਰਾਲੀਆਂ ਜਿਹੜੀਆਂ ਭਰ-ਭਰ ਕੇ ਪੰਜਾਬ ਤੋਂ ਦਿੱਲੀ ਵੱਲੋਂ ਆ ਰਹੀਆਂ ਨੇ ਅਸੀਂ ਲਗਾਤਾਰ ਬੈਠੇ ਆ ਪਰ ਦੇਖੋ ਸਰਕਾਰ ਹੈ ਜਿਹੜੀ ਇਹਨਾਂ ਨੇ ਸਾਡੇ ਜਥੇਬੰਦੀਆਂ ਨਾਲ ਪੰਜ ਮੀਟਿੰਗਾਂ ਕੀਤੀਆਂ ਪਰ ਉਹ ਪੰਜਾਂ ਮੀਟਿੰਗਾਂ ਦਾ ਹਾਲੇ ਤੱਕ ਕੋਈ ਸੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਨਾ ਹੀ ਹਾਲੇ ਤੱਕ ਕੋਈ ਦੁਬਾਰਾ ਸਾਡੀਆਂ ਜਥੇਬੰਦੀਆਂ ਨੂੰ ਕੋਈ ਸੱਦਾ ਦਿੱਤਾ ਗਿਆ ਇਸ ਕਰਕੇ ਸਾਨੂੰ ਰੋਸ ਹੈ ਅੱਜ ਜਿਹੜਾ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਕਿਸਾਨ ਜਿਹੜੇ ਭੁੱਖ ਹੜਤਾਲ ਤੇ ਬੈਠਣਗੇ ਸਾਡੀ ਸੈਂਟਰ ਦੀ ਸਰਕਾਰ ਦੇ ਖਿਲਾਫ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦੇਖੋ ਠੰਡ ਦਾ ਮੌਸਮ ਹੈ ਅਸੀਂ ਸੜਕਾਂ ਦੇ ਬੈਠੇ ਹਾਂ ਸਾਰਾ ਭਾਈਚਾਰਾ ਬਣਿਆ ਹੋਇਆ ਇੱਥੇ ਜਿਹੜਾ ਆ ਸਾਡਾ ਏਰੀਆ ਇਥੋਂ ਸੰਗਰੂਰ ਜ਼ਿਲ੍ਹੇ ਤੋਂ ਵੀ ਲੋਕ ਆ ਪਟਿਆਲੇ ਤੋਂ ਵੀ ਆ ਲੁਧਿਆਣੇ ਤੋਂ ਵੀ ਆ ਫਰੀਦਕੋਟ ਤੋਂ ਵੀ ਆ ਸਾਡੇ ਆਪਸ ਵਿੱਚ ਕੋਈ ਵੀ ਹੁਣ ਫਰਕ ਨਹੀਂ ਆ ਸਾਰੇ ਅਸੀਂ ਇੱਕ ਚੁੱਲੇ ਤੇ ਆ ਸਾਡਾ ਸਾਂਝਾ ਚੁੱਲਾ ਕੇ ਆ ਇਸ ਨੂੰ ਇੱਥੇ ਸੀ ਖਾਣਾ ਬਣਾਉਨੇ ਆ ਸਾਰੇ ਰਲ ਮਿਲ ਕੇ ਰਹਨੇ ਆ ਸਾਰੇ ਗੱਲਾਂ ਬਾਤਾਂ ਕਰਦੇ ਆ ਹਰਿਆਣੇ ਵਾਲੇ ਭਰਾ ਵੀ ਇੱਥੇ ਆਉਂਦੇ ਆ ਤੇ ਸਾਡੀ ਇੱਕੋ ਇੱਕ ਮੰਗਿਆ ਵਾ ਸਾਰੇ ਕਿਸਾਨ ਭਰਾਵਾਂ ਦੀ ਕਿ ਜਿਹੜਾ ਇਹ ਫੈਸਲਾ ਜਲਦੀ ਕੀਤਾ ਜਾਵੇ ਇਹ ਤਿੰਨੋਂ ਬਿੱਲ ਜਿਹੜੇ ਅਸੀਂ ਰੱਦ ਕਰਵਾਉਣੇ ਚਾਹੁੰਦੇ ਆ ਇਹ ਤਿੰਨੋਂ ਬਿੱਲ ਜਿਹੜੀ ਸਰਕਾਰ ਜਲਦੀ ਰੱਦ ਕਰੇ ਨਾਲ ਬਿਜਲੀ ਸੋਧ 2020 ਬਿੱਲ ਆ ਜਿਹੜਾ ਉਬੀਸੀ ਨਾਲ ਰੱਦ ਕਰਵਾ ਕੇ ਜਾਣਾ ਯੂਥ ਕਿਵੇਂ ਦੇਖਦਾ ਇਸ ਪੂਰੇ ਸੰਘਰਸ਼ ਨੂੰ ਯੂਥ ਕਿਵੇਂ ਦੇਖਦਾ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਸਰਕਾਰ ਹਜੇ ਗੱਲਬਾਤ ਦੇ ਮੋੜ ਦੇ ਵਿੱਚ ਕਿਉਂਕਿ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਚੀਜ਼ਾਂ ਹੋਰ ਕਹਿ ਰਹੇ ਨੇ ਪਰ ਨਾਲ ਦੀ ਨਾਲ ਇੱਧਰ ਜਿੱਥੇ ਕਿਸਾਨ ਦਿੱਲੀ ਦੇ ਵਿੱਚ ਧਰਨੇ ਦੇ ਬੈਠਾ ਉਧਰ ਪੰਜਾਬ ਦੇ ਵਿੱਚ ਭਾਜਪਾ ਆਪਣੀਆਂ ਜਿਹੜੀਆਂ ਬਾਇਚਲ ਤਰੀਕੇ ਦੇ ਨਾਲ ਜਾਨੀ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਜਾਂ ਸਹਾਰਾਂ ਵਿੱਚ ਜਾ ਕੇ ਲੋਕਾਂ ਨੂੰ ਕਾਨੂੰਨ ਸਮਝਾਉਣ ਦੀਆਂ ਗੱਲਾਂ ਕਰ ਰਹੀ ਹੈ ਕਿ ਉਹਨਾਂ ਦੇ ਮੰਤਰੀ ਜਾਣਗੇ ਉਹ ਸਮਝਾਉਣਗੇ ਕਿਸ ਤਰ੍ਹਾਂ ਫਾਇਦੇਮੰਦ ਹੈ ਇੱਕ ਨੂੰ ਇਹ ਬਿਲਕੁਲ ਰੋਂਗ ਹੈ ਜੀ ਦੇਖੋ ਅਸੀਂ ਉੱਤੋਂ ਪੰਜਾਬ ਤੋਂ ਚੱਲ ਕੇ ਦਿੱਲੀ ਆਪਣੀਆਂ ਮੰਗਾਂ ਮਨਾਉਣ ਵਾਸਤੇ ਆਇਆ ਅਸੀਂ ਕਾਨੂੰਨ ਰੱਦ ਕਰਵਾਉਣ ਤੇ ਅੜੇ ਹੋਇਆ ਪਰ ਉਹ ਜਾ ਕੇ ਲੋਕਾਂ ਨੂੰ ਜੇ ਕਾਨੂੰਨ ਸਮਝਾ ਰਹੇ ਨੇ ਸਾਨੂੰ ਆਉਣਗੇ ਕਿ ਇਹਨੂੰ ਮਤਲਬ ਕਿ ਜਿਹੜਾ ਕਿਸਾਨ ਨੇ ਸਮਝਣਾ ਉਹ ਤਾਂ ਦਿੱਲੀ ਬੈਠਾ ਹੈ ਜਿਹੜੇ ਕਿਸਾਨ ਨੇ ਸਮਝਣਾ ਹੈ ਜਿਹੜੇ ਮੋਤਬਰ ਬੰਦੇ ਆ ਉਹ ਦਿੱਲੀ ਬੈਠੇ ਆ ਪਿੱਛੇ ਸਾਡੇ ਸਰਪ ਤਕਰੀਬਨ ਉਹ ਭਰਾ ਹੈ ਜਿਹੜੇ ਕਮਾਂਕਾਰਾਂ ਵਾਲੇ ਆ ਜਿਨ੍ਹਾਂ ਨੇ ਆਪਣੇ ਇੱਥੇ ਧਰਨੇ ਤੇ ਬੈਠੇ ਕਿਸਾਨ ਭਰਾਵਾਂ ਦੇ ਕੰਮਕਾਰ ਸਾਹਮਣੇ ਆ ਉਹਨਾਂ ਦੇ ਕਣਕ ਨੂੰ ਪਾਣੀ ਲਾਉਣਾ ਜਾਂ ਰੇਪ ਪਾਉਣੀ ਆ ਖਾਦ ਪਾਉਣੀ ਆ ਉਹ ਬੈਠਿਆ ਤੇ ਜਿਨ੍ਹਾਂ ਨੂੰ ਸਮਝਾਉਣਾ ਉਹ ਸਾਰੇ ਇੱਥੇ ਬੈਠਿਆ ਜੇ ਸਮਝਾਉਣਾ ਤਾਂ ਸਾਨੂੰ ਇੱਥੇ ਸਮਝਾਉਣਾ ਸਾਨੂੰ ਬੁਲਾਉਣਾ ਵੀ ਆ ਇਦਾਂ ਤੇ ਸਾਡੀਆਂ ਜਥੇਬੰਦੀਆਂ ਨੇ ਸਰਕਾਰ ਨਾਲ ਗੱਲ ਕੀਤੀ ਆ ਇਹਨਾਂ ਨੇ ਮੰਤਰੀਆਂ ਨਾਲ ਗੱਲ ਕੀਤੀ ਆ ਤੁਮਰ ਉਹਨਾਂ ਨਾਲ ਗੱਲ ਕੀਤੀ ਆ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਸਮਝਾਇਆ ਤਾਂ ਉਹਨਾਂ ਨੂੰ ਤਾਂ ਕੋਈ ਗੱਲ ਨਹੀਂ ਆਉਣੀ ਤੇ ਇਹ ਸਾਨੂੰ ਪੰਜਾਬ ਜਾ ਕੇ ਕੀ ਸਮਝਾਉਣਗੇ ਇਹ ਬਿਲਕੁਲ ਰੋਂਗ ਕਰ ਰਿਹਾ ਸਾਨੂੰ ਇਸ ਸਾਡੇ ਮੋਰਚੇ ਦੀ ਦਿਸ਼ਾ ਨੂੰ ਥੋੜਾ ਬਦਲਣਾ ਚਾਹੁੰਦੇ ਆ ਪਰ ਜਦੋਂ ਅਸੀਂ ਇੱਥੇ ਡਟੇ ਬੈਠੇ ਆ ਸਾਡੇ ਇਰਾਦੇ ਆ ਜਿਹੜੇ ਉਹ ਮਜ਼ਬੂਤ ਆ ਉਹ ਪਿੱਛੇ ਜੋ ਮਰਜ਼ੀ ਕਰੀ ਜਾਣ ਪਹਿਲਾਂ ਵੀ ਜਦੋਂ ਆਪਾਂ ਨੇ ਦੇਖਿਆ ਕਿ ਸਾਡੇ ਕਾਂਗਰਸ ਦੇ ਲੀਡਰ ਟਰੈਕਟਰ ਰੈਲੀ ਕਰਨ ਪੰਜਾਬ ਗਏ ਉਦੋਂ ਅਸੀਂ ਪੰਜਾਬ ਟੋਲ ਟੈਕਸਰ ਦੇ ਬੈਠੇ ਸੀਗੇ ਚੋਲਪਲਾਜ਼ਿਆਂ ਤੇ ਬੈਠੇ ਸੀ ਪੰਪਾਂ ਦੇ ਬੈਠੇ ਸੀ ਉਦੋਂ ਵੀ ਇਹਨਾਂ ਨੇ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਦਿਸ਼ਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸਿਆਣੇ ਸੀ ਉਹ ਨਹੀਂ ਬਦਲੇ ਤੇ ਅਸੀਂ ਫੇਰ ਉਸੇ ਢੰਗ ਨਾਲ ਚੱਲੇ ਲਗਾਤਾਰ ਇਹਨਾਂ ਦੀ ਜਿਹੜੀਆਂ ਨੀਤੀਆਂ ਸੀ ਉਹਨਾਂ ਦੇ ਅਸੀਂ ਉਹਨਾਂ ਦੇ ਵਿੱਚ ਨਹੀਂ ਆਏ ਨਹੀਂ ਉਲਝੇ ਤੇ ਨਾ ਹੀ ਅਸੀਂ ਉਲਝਾਂਗੇ ਹੁਣ ਜਿੰਨਾ ਮਰਜੀ ਇਹ ਪੰਜਾਬ ਚ ਜਾਈ ਜਾਣ ਸਾਡੇ ਕਿਸਾਨਾਂ ਤੇ ਕੋਈ ਅਸਰ ਫੋਣ ਵਾਲਾ ਨਹੀਂ ਹੈ ਜਿਹੜੇ ਅਸਲੀ ਆ ਸਾਰੇ ਉਹ ਕਿਸਾਨ ਭਰਾ ਵਿਹਲੇ ਹੋ ਜਾਂ ਲਗਾਤਾਰ ਦਿੱਲੀ ਵੱਲੋਂ ਆਈ ਜਾਂਦੇ ਆ ਤੇ ਜਿੰਨੀ ਦੇਰ ਅਸੀਂ ਇਹ ਮੋਰਚਾ ਜਿੱਤਦੇ ਨਹੀਂ ਇਹ ਜੋ ਮਰਜ਼ੀ ਹੱਤਕੰਡੇ ਅਪਣਾਉਣ ਅਸੀਂ ਇਹਨਾਂ ਦੇ ਝਾਂਸਿਆਂ ਦੇ ਵਿੱਚ ਬਿਲਕੁਲ ਨਹੀਂ ਆਵਾਂਗੇ ਅਸੀਂ ਇੱਥੇ ਸਿਰਫ ਤੇ ਸਿਰਫ ਜਿੱਤ ਕੇ ਜਾਵਾਂਗੇ ਅੜ ਕੇ ਬੈਠਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਠੰਡ ਦੀ ਪਰਵਾਹ ਨਹੀਂ ਸਾਨੂੰ ਮੱਛਰ ਦੀ ਪਰਵਾਹ ਨਹੀਂ ਸਾਨੂੰ ਬਿਜਲੀ ਦੀ ਪਰਵਾਹ ਨਹੀਂ ਸਾਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਨਾ ਹੀ ਦੇਖੋ ਆ ਅਸੀਂ ਬੈਠੇ ਆ ਤੁਹਾਡੇ ਸਾਹਮਣੇ ਸਾਰਾ ਉਹ ਹੈ ਕੋਈ ਵੀ ਇਹਨਾਂ ਨੇ ਸਾਡੇ ਇੱਥੇ ਬੈਠੇ ਆ ਕੋਈ ਫਲਸਾ ਦਾ ਪ੍ਰਬੰਧ ਨਹੀਂ ਕੀਤਾ ਇਹਨਾਂ ਦਾ ਸਰਕਾਰ ਦਾ ਜਿਵੇਂ ਸੰਵਿਧਾਨ ਹੈ ਉਹਦੇ ਚ ਆਪਣਾ ਲਿਖਿਆ ਕਿ ਜਦੋਂ ਕੋਈ ਕਿਸੇ ਚੀਜ਼ ਦਾ ਵਿਰੋਧ ਹੁੰਦਾ ਤਾਂ ਲੋਕ ਵਿਰੋਧ ਕਰਨ ਲਈ ਧਰਨੇ ਲਾਉਂਦੇ ਆ ਉਹਨਾਂ ਨੂੰ ਹਰ ਇੱਕ ਸਹੂਲਤ ਮਹੱਈਆ ਕਰਵਾਈ ਜਾਂਦੀ ਆ ਇੱਥੇ ਕੋਈ ਵੀ ਸਹੂਲਤ ਜਿਹੜੀ ਸਾਨੂੰ ਮਹੱਈਆ ਨਹੀਂ ਕਰਵਾਈ ਗਈ ਪਾਣੀ ਵੀ ਬੜੀ ਮੁਸ਼ਕਲ ਨਾਲ ਆਉਂਦਾ ਤੇ ਨਾ ਹੀ ਕੋਈ ਲੈਟਰਨ ਦਾ ਪ੍ਰਬੰਧ ਨਾ ਕੋਈ ਲਾਈਟ ਦਾ ਪ੍ਰਬੰਧ ਸਿਰਫ ਰਾਤ ਨੂੰ ਲਾਈਟ ਆਉਂਦੀ ਆ ਦਨੇ 6 ਵਜੇ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਕੋਈ ਵੀ ਚਾਹੇ ਇਹਨਾਂ ਦੇ ਫੋਨ ਜਾਂ ਜੋ ਵੀ ਇਹਨਾਂ ਲੋੜ ਆ ਉਹ ਜੂਜ ਅਸੀਂ ਬਿਲਕੁਲ ਮਨਪ੍ਰੀਤ ਕਿਉਂਕਿ ਦੇਖ ਸਕਦੇ ਹੋ ਕਿ ਹੌਸਲੇ ਨੇ ਜਿਹੜੇ ਉਹ ਕਿਸਾਨਾਂ ਦੇ ਬੇਹੱਦ ਬੁਲੰਦ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪੰਜਾਬ ਦਾ ਕਿਸਾਨ ਹੈ ਜਿਹੜਾ ਉਹ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠਾ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠਾ ਪਰ ਭਾਤਪਾ ਪੰਜਾਬ ਦੇ ਵਿੱਚ ਕਿੰਨਾ ਨੂੰ ਕਾਨੂੰਨ ਸਮਝਾਏਗੀ ਜਦ ਕਿ ਕਾਨੂੰਨ ਬਾਰੇ ਕਿਸਾਨ ਵਾਕਈ ਵੱਡੇ ਤਰੀਕੇ ਦੇ ਨਾਲ ਸਮਝਦਾਰੀ ਦੇ ਨਾਲ ਇਹਨਾਂ ਦੇ ਨੇਤਾਵਾਂ ਨੂੰ ਸਮਝਾ ਚੁੱਕੇ ਨੇ ਇਕੱਲਾ ਇਕੱਲਾ ਪੁਆਇੰਟ ਹੈ ਜਿਹੜਾ ਉਹ ਸਮਝਾ ਚੁੱਕੇ ਨੇ ਕਿ ਕਿਸ ਤਰ੍ਹਾਂ ਕਾਨੂੰਨ ਸਾਡੇ ਲਈ ਨੁਕਸਾਨਦੇਹ ਨੇ ਜਿਹੜਾ ਕਿ ਉਹ ਮੰਨ ਵੀ ਚੁੱਕੇ ਨੇ ਕਿ ਇਹ ਕਾਨੂੰਨ ਦੇ ਵਿੱਚ ਅਸੀਂ ਇੰਨੀਆਂ ਤਬਦੀਲੀਆਂ ਕਰ ਦਿੰਨੇ ਫਿਰ ਪੰਜਾਬ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਕਿ ਇਸ ਸਮੇਂ ਢਾਹ ਲਾਉਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਸਰਕਾਰ ਇਸ ਮੂਡ ਦੇ ਵਿੱਚ ਲੱਗੀ ਹੋਈ ਆ ਪਰ ਕਿਸਾਨ ਜਥੇਬੰਦੀਆਂ ਉਹ ਇੱਕ ਮੰਚ ਦੇ ਉੱਪਰ ਨੇ ਉਹ ਐਸੀ ਡਟੀਆਂ ਹੋਈਆਂ ਨੇ ਕਿ ਜਦੋਂ ਕਾਨੂੰਨ ਵਾਪਸ ਹੋਣਗੇ ਤਾਂ ਭਰ ਜਾਇਆ ਜਾਏਗਾ ਨਹੀਂ ਤੁਸੀਂ ਦੇਖ ਲਓ ਮੇਰੇ ਪਿੱਛੇ ਕਾਫਲਾ ਦੇਖ ਰਹੇ ਹੋ ਕਿ ਇਹ ਕਾਫਲਾ ਹੋਰ ਪਿੱਛੇ ਤੱਕ ਜਿਹੜਾ ਲੰਮਾ ਹੁੰਦਾ ਜਾ ਰਿਹਾ ਸੜਕ ਦੇ ਵਿੱਚ ਚਾਰ ਲੈਣਾ ਕਹਿ ਸਕਦੇ ਹਾਂ ਕਿ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਟਰਾਲੀਆਂ ਜਿਹੜੇ ਡਟੀਆਂ ਹੋਈਆਂ ਨੇ ਹੁਣ ਵੀ ਕਿਸਾਨਾਂ ਦਾ ਬੈਕਅਪ ਜਿਹੜਾ ਪਿੱਛੋਂ ਤੋਂ ਸਮਾਨ ਆ ਰਿਹਾ ਜੋ ਸਮਾਨ ਕਿਸਾਨ ਆਪਣੇ ਘਰ ਤੋਂ ਲੈ ਕੇ ਆਏ ਸੀ ਖਾਣੇ ਪੀਣ ਦੇ ਲਈ ਜਿਹੜਾ ਕਹਿੰਦੇ ਸੀ ਅਸੀਂ 6 ਮਹੀਨੇ ਚਲਾਵਾਂਗੇ ਉਹਦੇ ਵਿੱਚੋਂ ਮਨਪ੍ਰੀਤ ਦੱਸਦੀ ਹੈ ਕਿ ਕਿਸਾਨਾਂ ਨੇ ਕੁਝ ਵੀ ਨਹੀਂ ਵਰਤਿਆ ਕਾਰਨ ਇਹ ਸੀ ਕਿਉਂਕਿ ਉਹਨਾਂ ਨੂੰ ਇੱਥੇ ਹਰ ਰੋਜ਼ ਇੰਨੀ ਮਦਦ ਆ ਰਹੀ ਆ ਹਰਿਆਣਾ ਤੋਂ ਇੰਨੀ ਮਦਦ ਆ ਰਹੀ ਆ ਹਜੇ ਉਸ ਦੇ ਨਾਲ ਸਮਾਨ ਚੱਲ ਰਿਹਾ ਜਿਹੜਾ ਕਿਸਾਨ ਆਪਣਾ ਸਮਾਨ ਲੈ ਕੇ ਆਏ ਨੇ ਉਹਦੇ ਉਸ ਦੇ ਨਾਲ ਤਾਂ ਬੇਹਦ ਲੰਮਾ ਸਮਾਂ ਚੱਲ ਸਕਦਾ ਹੈ ਕਿ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਸਾਡੇ ਨੌਜਵਾਨ ਨੇ ਕੈਮਰਾਮੈਨ ਜੁਕੇ ਤਸਵੀਰਾਂ ਦਿਖਾਈਆਂ ਜਾਂ ਦੇਖੋ ਸਵੇਰ ਦਾ ਟਾਈਮ ਆ ਕਿਸ ਤਰ੍ਹਾਂ ਔਰੇ ਜਿਹੜੇ ਪਰੌਂਠੇ ਨੇ ਉਹ ਬਣ ਰਹੇ ਨੇ ਰੋਟੀਆਂ ਨੇ ਉਹ ਖੁਦ ਬਣਾ ਰਹੇ ਨੇ ਬਾਈ ਜੀ ਨਾਲ ਗੱਲ ਕਰ ਲੈਣਿਆ ਬਾਈ ਜੀ ਕਿੱਥੋਂ ਆਏ ਹੋਗੇ ਕਿਹੜੇ ਪਿੰਡ ਤੋਂ ਅਸੀਂ ਬਾਈ ਮੜਾਕਾ ਪਿੰਡ ਸਾਡਾ ਜਿਹੜਾ ਫਰੀਦਕੋਟ ਆ ਬਾਈ ਜੀ ਫਰੀਦਕੋਟ ਤੋਂ ਆਏ ਹੋ ਅੱਜ ਸਵੇਰੇ ਸਵੇਰੇ ਰੋਟੀਆਂ ਬਣਾਉਣ ਲੱਗੇ ਹੋ ਹੋਗੇ ਕਦੇ ਘਰੇ ਬਣਾਈਆਂ ਸੀ ਘਰੇ ਤਾਂ ਨਹੀਂ ਬਣਾਈਆਂ ਸੀ ਬਈ ਮੋਦੀ ਨੇ ਸਿਖਾ ਦਿਆਂ ਅੱਜ ਸਾਡੀ ਤਿਆਰੀ ਹੈ ਤਾਂ ਸੰਘੂ ਬਾਰਡਰ ਤੇ ਜਾਣ ਦੀ ਹੈ ਬਾਈ ਜੀ ਤਾਂ ਇਸ ਕਰਕੇ ਅਸੀਂ ਅੱਜ ਰੋਟੀਆਂ ਸਤੇਹ ਪਕਾ ਰਹੇ ਹਾਂ ਬਾਈ ਅੱਜ ਸੰਘੂ ਬਾਰਡਰ ਦੇ ਉੱਪਰ ਜਾ ਕੇ ਦੇਖੋਗੇ ਉਸ ਤਰ੍ਹਾਂ ਕਿੱਥਾਂ ਹਾਂ ਉਸ ਤਰ੍ਹਾਂ ਅਸੀਂ ਪਹਿਲਾਂ ਗਏ ਨਹੀਂ ਪਹਿਲਾਂ ਅਸੀਂ ਇੱਧਰ ਗਏ ਆ ਅੱਜ ਪਹਿਲੀ ਵਾਰ ਚੱਲੇ ਆ ਉੱਥੇ ਅਸੀਂ ਅੱਜ ਦੇਖਾਂਗੇ ਵੀ ਕਿਵੇਂ ਦਾ ਮਾਹੌਲ ਆ ਉੱਥੇ ਜਾ ਕੇ ਫਿਰ ਡਟਾਂਗੇ ਫਿਰ ਕਰਾਂਗੇ ਮੁਕਾਬਲੇ ਉੱਥੇ ਜਾ ਕੇ ਰੋਟੀਆਂ ਖਾ ਕੇ ਬਈ ਹੁਣ ਕਿਵੇਂ ਲੱਗਦਾ ਹੈਗਾ ਸਰਕਾਰ ਦੀ ਜਿਹੜੀ ਪੰਜ ਦੌਰ ਦੀ ਜਿਹੜੀ ਗੱਲਬਾਤ ਹੋ ਚੁੱਕੀ ਹੈ ਪੰਜ ਗੇਟ ਦੇ ਵਿੱਚ ਕੋਈ ਗੱਲ ਨਹੀਂ ਬਣਿਆ ਹੁਣ ਦੁਬਾਰਾ ਫੇਰ ਸਰਕਾਰ ਨਹੀਂ ਗੱਲ ਕਰਦੀ ਕੁਝ ਨੌਜਵਾਨ ਕਿਵੇਂ ਦਿਖ ਰਿਹਾ ਹੋ ਬਾਈ ਜੀ ਉਹਨਾਂ ਨੂੰ ਹੁਣ ਮੰਨਣਾ ਹੀ ਪੈਣਾ ਬਾਈ ਜੀ ਇੰਨੇ ਟਰਾਲਿੰਗਾਂ ਟਰੈਕਟਰ ਹੋਰ ਬਹੁਤ ਆ ਰਹੇ ਬਾਈ ਜੀ ਆਮ ਲਾਡੂ ਦੇ ਲੋਡ ਲੋਕ ਆ ਰਹੇ ਹੈ ਕੇਰਲਾ ਚੋਂ ਆ ਰਹੇ ਹੈ ਬਾਈ ਜੀ ਬਹੁਤ ਆ ਰਹੇ ਇਕੱਠ ਹੋ ਰਿਹਾ ਬਾਈ ਜੀ ਰਾਜਸਥਾਨ ਦੇ ਜਿਹੜੇ ਲੋਕੀ ਸੀਗੇ ਉਹ ਮੱਝਾ ਲੈ ਕੇ ਆ ਰਹੇ ਇਧਰ ਵਾਰਾ ਪਸ਼ੂ ਉਹਨਾਂ ਨੇ ਦਿੱਲੀ ਵਾਲੇ ਕੁਸ਼ ਕਰਤੇ ਖਾਂ ਬਈ ਉਹ ਵੀ ਆ ਰਹੇ ਉਹ ਵੀ ਪਹੁੰਚ ਰਹੇ ਹੈ ਬਾਈ ਜੀ ਦੇਖੋ ਮਨਪ੍ਰੀਤ ਇੱਕ ਖਾਸ ਹੀਤ ਬਣ ਜਾਂਦੀ ਹੈ ਇਹ ਤਸਵੀਰਾਂ ਨੇ ਜਿਹੜੀਆਂ ਕਿ ਰੋਡ ਦੇ ਉੱਪਰ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਟਿਕਰੀ ਬਾਰਡਰ ਬਹਾਦਰਗੜ ਰੋਡ ਦੀਆਂ ਨੇ ਕਿਉਂਕਿ ਜੋ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦਾ ਚੰਗਾ ਲੱਗਦਾ ਹੈਗਾ ਉਹ ਖੇਤਾਂ ਦੇ ਵਿੱਚ ਚੰਗਾ ਲੱਗਦਾ ਖੇਤਾਂ ਦਾ ਪੁੱਤ ਹੈਗਾ ਪਰ ਇਸ ਸਮੇਂ ਉਹ ਸੜਕਾਂ ਦੇ ਉੱਪਰ ਬੈਠ ਕੇ ਖੁਦ ਖਾਣਾ ਬਣਾ ਰਿਹਾਗਾ ਕਿਉਂਕਿ ਇਹ ਬੜੀ ਤਰਾਸਦੀ ਹੈ ਸਾਡੀ ਜਣਾ ਪੰਜਾਬ ਦਾ ਕਿਸਾਨ ਆ ਆਪਣੇ ਹੱਕ ਲੈਣ ਦੇ ਲਈ ਵੀ ਉਸ ਨੂੰ ਸੜਕਾਂ ਦੇ ਉੱਪਰ ਰਾਤਾਂ ਗੁਜ਼ਾਰਨੇ ਪੈਂਦੇ ਨੇ ਠੰਡ ਦੇ ਵਿੱਚ ਰਾਤਾਂ ਗੁਜ਼ਾਰਨੇ ਪੈਂਦੀਆਂ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸਰਕਾਰਾਂ ਨੇ ਉਹ ਪੈਦਾ ਕਰ ਦਿੱਤੇ ਨੇ ਮਨਪ੍ਰੀਤ ਬਿਲਕੁਲ ਵਿੱਕੀ ਕਿਤਨਾ ਕਿਤੇ ਮੰਦ ਭਾਗਾ ਹੈ ਔਰ ਤਰਾਸਦੀ ਹੈ ਪਰ ਜੋ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਇਹ ਤਾਂ ਖੈਰ ਇੱਕ ਪਾਸੇ ਰਹੀਆਂ ਦੂਜੇ ਪਾਸੇ ਜੋ ਸਰਕਾਰ ਦਾ ਰਵਈਆ ਦੇਖ ਪਾ ਰਹੇ ਹਾਂ ਲਗਾਤਾਰ ਹੀ ਸਰਕਾਰ ਦਾ ਰਵਈਆ ਜੋ ਹੈ ਉਹ ਸਖਤ ਹੈ ਔਰ ਅੜੀਆਲਾ ਹੈ ਔਰ ਕਹਿ ਸਕਦੇ ਆ ਕਿ ਸਰਕਾਰ ਆਪਣੀ ਹੀ ਬੋਲਾਂ ਤੇ ਕਾਇਮ ਹੈ ਔਰ ਡਟੀ ਹੋਈ ਹੈ بار-बार ਭਾਜਪਾ ਦੇ ਨੁਮਾਇੰਦੇ ਜੁਨੇ ਉਹ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਕਾਨੂੰਨ ਕਿਸੇ ਹੀਲੇ ਰਾਦ ਨਹੀਂ ਹੋਣੇ ਇਹਨਾਂ ਦੇ ਵਿੱਚ ਸੋਧ ਦੇ ਲਈ ਅਸੀਂ ਤਿਆਰ ਆਂ ਵੀ ਤੇ ਕੱਲ ਵਿਕੀ ਗੱਲ ਵੀ ਕੀਤੀ ਗਈ ਜਦੋਂ ਗੱਲਬਾਤ ਕੀਤੀ ਗਈ ਭਾਜਪਾ ਆਗੂ ਹਰਜੀਤ ਕਰੇਵਾਲ ਦੇ ਨਾਲ ਤਾਂ ਉਹਨਾਂ ਸਿੱਧਾ-ਸਿੱਧਾ ਕਿਹਾ ਕਿ ਕਾਨੂੰਨ ਕਿਸੇ ਵੀ ਹੀਲੇ ਰਾਦ ਨਹੀਂ ਹੋਣੇ ਔਰ ਕਾਨੂੰਨਾਂ ਦੇ ਵਿੱਚ ਸੋਧ ਅਸੀਂ ਕਰ ਸਕਦੇ ਆ ਜਦੋਂ ਉਹਨਾਂ ਨੂੰ ਮੈਂ ਸਵਾਲ ਇਹ ਪੁੱਛਿਆ ਕੀ ਸੌਦਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਰੱਦ ਕਿਉਂ ਨਹੀਂ ਕਰ ਸਕਦੇ ਤਾਂ ਉਹਨਾਂ ਕਿਹਾ ਕਿ ਚਾਹੇ ਸਾਰੀਆਂ ਸੌਦਾਂ ਹੋ ਜਾਣ ਸੌਦਾਂ ਅਸੀਂ ਕਰ ਸਕਦੇ ਆ ਸੋਧ ਕਰਵਾ ਲਈ ਜਾਵੇ ਪਰ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਯਾਨੀ ਕਿ ਸਿੱਧਾ-ਸਿੱਧਾ ਤਾਨਾਸ਼ਾਰ ਰਵਈਆ ਇੱਕ ਦੇਖਣ ਨੂੰ ਮਿਲ ਰਿਹਾ ਪਰ ਇਸੇ ਵਿਚਾਲੇ ਜੋ ਕਿਸਾਨ ਡਟੇ ਨੇ ਸੰਘਰਸ਼ ਦੀ ਰਾਤੇ ਇਹ ਮਸਲੇ ਦਾ ਹੱਲ ਹੁੰਦਾ ਕੋਈ ਨਜ਼ਰ ਨਹੀਂ ਆ ਰਿਹਾ ਵਿਕੀ ਬਿਲਕੁਲ ਮਾਨਪੀਤ ਕਿਉਂਕਿ ਸਾਫ ਤੌਰ ਤੇ ਗੱਲ ਹੈ ਇੱਕ ਜਿਹੜੀ ਸਰਕਾਰ ਹੈ ਉਹ ਆਪਣੇ ਅੜੀਅਲ ਰਵੱਈਏ ਤੇ ਕਿਉਂਕਿ ਉਹਨੂੰ ਆਇਆ ਵੀ ਜਿਹੜੇ ਅਸੀਂ ਕਾਨੂੰਨ ਅਸੀਂ ਲਾਅ ਦਿੱਤੇ ਕਿਉਂਕਿ ਪਹਿਲਾਂ ਵੀ ਜਿੰਨੇ ਕਾਨੂੰਨ ਸਰਕਾਰ ਲੈ ਕੇ ਆਈ ਹੈਗੀ ਕਿ ਉਹਨਾਂ ਨੂੰ ਰੱਦ ਨਾ ਕੀਤਾ ਜਾਵੇ ਹੁਣ ਵੀ ਸਰਕਾਰ ਇਸੇ ਗੱਲ ਦੇ ਉੱਪਰ ਅੜੀ ਹੋਈ ਆ ਆਪਣੀ ਜਿੱਦ ਤੇ ਉੱਪਰ ਅੜੀ ਹੋਈ ਆ ਕਿ ਅਸੀਂ ਕਾਨੂੰਨ ਅਗਰ ਅਗਰ ਪੰਜਾਬ ਦੇ ਲੋਕਾਂ ਨੇ ਕਾਨੂੰਨ ਰੱਦ ਕਰਵਾ ਲਏ ਕਿਸਾਨਾਂ ਨੇ ਰੱਦ ਕਰਵਾ ਲਵੇ ਤਾਂ ਇਹਨਾਂ ਦੀ ਬੇਹੱਦ ਵੱਡੀ ਜਿੱਤ ਹੋएगी ਕਿਤੇ ਨਾ ਕਿਤੇ ਪੰਜਾਬ ਨੂੰ ਅੰਗੌਲਿਆ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ ਨੇ ਪਰ ਹੁਣ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਕਿਸਾਨ ਦਾ ਉਹ ਤਰਕ ਬੇਅਦ ਸਹੀ ਹੈ ਕਿਸਾਨ ਜੱਤੇ ਪੰਦੀਆਂ ਦਾ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਦੁਕਾਨ ਤੋਂ ਜਾਂ ਰੇੜੀ ਵਾਲੇ ਤੋਂ ਅਸੀਂ ਫਰੂਟ ਲੈਣ ਜਾਂਦੇ ਆ ਮਤਲਬ ਕਿ ਅਸੀਂ ਕੇਲਾ ਲੈ ਕੇ ਚੱਲੇ ਆ ਜਾਂ ਉਹ ਆਪਨੂੰ ਦੁਕਾਨਦਾਰ ਉਹ ਗਲਿਆ ਹੋਇਆਗਾ ਸਾਨੂੰ ਦੁਕਾਨਦਾਰ ਇਹ ਗੱਲ ਕਹੇ ਉਹ ਹਿੱਸਾ ਤੁਹਾਨੂੰ ਕੱਟ ਕੇ ਬਾਕੀ ਦਾ ਤੁਹਾਨੂੰ ਜਿਹੜਾ ਸੇਵ ਆ ਜਾਂ ਕੇਲਾ ਉਹ ਦੇ ਦੇਣਾ ਉਹ ਕਿੰਦਾ ਗਾ ਕੇ ਲੈ ਲੇਗਾ ਕਿਉਂਕਿ ਉਹ ਤਾਂ ਪੂਰੀ ਕੰਪਲੀਟ ਚੀਜ਼ ਲੈ ਕੇ ਨਾ ਉਹੀ ਕੰਮ ਇਹ ਕਾਨੂੰਨਾਂ ਦੇ ਵਿੱਚ ਹੋ ਰਹੀ ਆ ਅਗਰ ਤੁਸੀਂ ਕਾਨੂੰਨਾਂ ਦੇ ਵਿੱਚ ਸੋਧ ਕਰ ਰਹੇ ਹੋਗੇ ਸੋਧਾ ਮੰਨੀ ਜਾ ਰਹੇ ਹੋ ਕਿ ਨੁਕਸ ਤੁਸੀਂ ਆਪਣੇ ਆਪ ਮੰਨ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਖਾਲੀ ਡੱਬਾ ਰਹਿ ਗਿਆ ਪਰ ਖਾਲ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਹ ਖਾਸਾ ਕਿ ਅਗਰ ਜੇ ਖਾਲੀ ਡੱਬਾ ਰਹਿ ਵੀ ਜਾਂਦਾ ਹੈ ਤਾਂ ਤੁਸੀਂ ਸੋਧ ਕਰ ਦਿੰਦੇ ਹੋ ਤਾਂ ਕੱਲ ਨੂੰ ਦੁਬਾਰਾ ਤੋਂ ਉਹ ਖਾਲੀ ਡੱਬਾ ਭਰ ਵੀ ਸਕਦਾ ਅਸੀਂ ਖਾਲੀ ਡੱਬਾ ਲੈ ਕੇ ਖਤਮ ਕਰਕੇ ਹੀ ਅਸੀਂ ਘਰ ਜਾਣਾ ਚਾਹੇ ਸਾਨੂੰ 6 ਮਹੀਨੇ ਲੱਗ ਜਾਣ ਪਰ ਅਸੀਂ ਇੱਥੋਂ ਬਿਲਕੁਲ ਇਹ ਇਹ ਸਮਝੌਤੇ ਦੇ ਉੱਪਰ ਨਹੀਂ ਜਾਵਾਂਗੇ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਮਨਪ੍ਰਿਤ ਇਹ ਚੀਜ਼ਾਂ ਵੀ ਪਤਾ ਲੱਗ ਚੁੱਕੀਆਂ ਨੇ ਕਿ ਅਗਰ ਕੋਈ ਵੀ ਕਿਸਾਨ ਜਥੇਬੰਦੀ ਇਹਨਾਂ ਦੇ ਵਿੱਚੋਂ ਇੱਕ ਵੀ ਕਿਸਾਨ ਜਥੇਬੰਦੀ ਨੇ ਜਾ ਕੇ ਵਿਚਕਾਰ ਦੀ ਗੱਲ ਕਰ ਲਈ ਜਾਂ ਉੱਥੇ ਜਾ ਕੇ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਵਿਚਕਾਰ ਦਾ ਕੋਈ ਹੱਲ ਕੱਢੇ ਇਹਦਾ ਸੋਧਾਂ ਦੇ ਉੱਪਰ ਮੰਨ ਗਈ ਤਾਂ ਉਹ ਜਥੇਬੰਦੀ ਨੂੰ ਕਦੇ ਵੀ ਪੰਜਾਬ ਦੇ ਲੋਕ ਨਹੀਂ ਸਵੀਕਾਰ ਲਗੇ ਉਹ ਉਹ ਜਥੇਬੰਦੀ ਖਤਮ ਮੰਨੀ ਜਾਊਗੀ ਇਹ ਜਥੇਬੰਦੀਆਂ ਦੇ ਲੋਕ ਵੀ ਸਮਝ ਚੁੱਕੇ ਨੇ ਨੌਜਵਾਨ ਵੀ ਕਿਉਂਕਿ ਸਰਕਾਰ ਨੇ ਵੀ ਆਪਣਾ ਪੱਖ ਸਾਫ਼ ਕਰ ਦਿੱਤਾ ਹੈ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਆਪਣਾ ਪੱਖ ਆ ਉਹ ਸਾਫ਼ ਕਰ ਦਿੱਤਾ ਗਿਆ ਕਿ ਕਿਸਾਨ ਵੀ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਉਹ ਘਰ ਵਾਪਸ ਨਹੀਂ ਜਾਣਗੇ ਕਿਸਾਨਾਂ ਦਾ ਜਿਹੜਾ ਦਿੱਲੀ ਆਉਣਾ ਉਹ ਲਗਾਤਾਰ ਜਾਰੀ ਆ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਉਹ ਬਾਰਡਰਾਂ ਦੇ ਉੱਪਰ ਲਗਾਤਾਰ ਵੱਧ ਰਹੀ ਹੈ ਟਿਕਰੀ ਹੋਵੇ ਚਾਹੇ ਸਿੰਘੂ ਬਾਰਡਰ ਹੋਵੇ ਜਿੱਥੇ ਪਹਿਲਾਂ ਹੀ ਕਿਸਾਨ ਡਟੇ ਹੋਏ ਰਹੇ ਹੁਣ ਦੂਸਰੇ ਬਾਰਡਰ ਜਿਹੜਾ ਰਾਜਸਥਾਨ ਤੋਂ ਜਿਹੜੇ ਕਿਸਾਨ ਆ ਰਹੇ ਨੇ ਸਾਡੇ ਤਾਮਨਾ ਲਾਡੂ ਤੋਂ ਵੀ ਕਿਸਾਨ ਆ ਰਹੇ ਨੇ ਹੁਣ ਦਿੱਲੀ ਨੂੰ ਚਾਰੋਂ ਤਰਫ ਘੇਰਣ ਦੀਆਂ ਜਿਹੜੀਆਂ ਤਿਆਰੀਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਚੁੱਕੀਆਂ ਨੇ ਕਿਉਂਕਿ ਅਗਲੇ ਅੱਜ ਦੇਖਿਆ ਜਾਏਗਾ ਕਿ ਅੱਜ ਤੱਕ ਸਰਕਾਰ ਦਾ ਕੋਈ ਪ੍ਰਸਤਾਵ ਆਉਂਦਾ ਜਾਂ ਨਹੀਂ ਆਉਂਦਾ ਨਹੀਂ ਫਿਰ ਉਸ ਤੋਂ ਬਾਅਦ ਅੱਗੇ ਹੋਰ ਜਿਹੜੀਆਂ ਕਹਿ ਸਕਦੇ ਆ ਪ੍ਰੋਟੈਸਟ ਕਰਨ ਨੂੰ ਕਿਸ ਤਰ੍ਹਾਂ ਤੇਜ਼ ਕੀਤਾ ਜਾਏਗਾ ਕਿਸ ਤਰ੍ਹਾਂ ਤਿਆਰੀਆਂ ਹੋਣੇ ਕਿਵੇਂ ਮੀਟਿੰਗਾਂ ਉਹ ਕੀਤਾ ਜਾਏ ਕਿਉਂਕਿ ਅੱਜ ਪੂਰੇ ਜ਼ਿਲ੍ਹਾ ਪੱਤਰ ਦੇ ਉੱਪਰ ਪੰਜਾਬ ਦੇ ਵਿੱਚ 700 ਜ਼ਿਲ੍ਹਿਆਂ ਦੇ ਵਿੱਚ ਕਰੀਬ ਦੇਸ਼ ਦੇ ਵਿੱਚ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਜਿਹੜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਲੋਕ ਹੋਰ ਕਿਸਾਨ ਪਿੱਛੇ ਨੇ ਉਹ ਕੀ ਗੱਲਾਂ ਕਰਦੇ ਨੇ ਉਹਨਾਂ ਦੇ ਮੂੰਹੋਂ ਇੱਕੋ ਗੱਲ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਹੁਣ ਉਹਨਾਂ ਨੂੰ ਵਾਪਸ ਮੋੜਨਾ ਨਹੀਂ ਚਾਹੀਦਾ ਸਰਕਾਰ ਦੇ ਕਿ ਬਿਲਕੁਲ ਵੀ ਝੁਕਣ ਨਹੀਂ ਚਾਹੀਦਾ ਅੱਜ ਪੰਜਾਬ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਤੇ ਨੌਜਵਾਨ ਖਾਸ ਤੌਰ ਦੇ ਉੱਪਰ ਪੱਟੀ ਗਿੰਤੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਕਹਿਣਾ ਕਿ ਚਾਹੇ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਪਰ ਅਸੀਂ ਇੱਥੋਂ ਜਿਹੜਾ ਸੰਘਰਸ਼ ਜਿੱਤ ਕੇ ਹੀ ਬਾਹਰ ਜਾਵਾਂਗੇ ਪਰ ਖਾਲੀ ਹੱਥ ਅਸੀਂ ਨਹੀਂ ਜਾਵਾਂਗੇ ਕਿਉਂਕਿ ਹੁਣ ਸਰਕਾਰ ਇਹ ਇਹ ਚੀਜ਼ ਪੜੀ ਹੋਈ ਆ ਕਿ ਅਸੀਂ ਸੌਦਾ ਜ਼ਰੂਰ ਕਰ ਦਿੰਦੇ ਆ ਪਰ ਸਾਡੇ ਲਵੇ ਇਕੱਲਾ ਖਾਲੀ ਡੱਬਾ ਰਹਿ ਗਿਆ ਹੁਣ ਕਿਸਾਨ ਕਹਿੰਦੇ ਨੇ ਫਿਰ ਜੇਕਰ ਤੁਹਾਡੇ ਲਵੇ ਖਾਲੀ ਡੱਬਾ ਤੇ ਤੁਸੀਂ ਖਾਲੀ ਡੱਬੇ ਦਾ ਕੀ ਕਰਨਾ ਤੁਸੀਂ ਡੱਬੇ ਨੂੰ ਵੀ ਖਤਮ ਕਰੋ ਅਸੀਂ ਕਾਨੂੰਨਾ ਦੇ ਵਿਸ਼ਾ ਨਹੀਂ ਕਰਵਾਉਣੀ ਕਿਉਂਕਿ ਜਦੋਂ ਤੁਸੀਂ ਆਪਣੇ ਪੱਧਰ ਦੇ ਉੱਪਰ ਮੰਨ ਚੁੱਕਿਆ ਸਰਕਾਰ ਮੰਨ ਚੁੱਕੀ ਹੈ ਕਿ ਉਸ ਦੇ ਵਿੱਚ ਇੰਨੀਆਂ ਖਾਮੀਆਂ ਹੈਗੀਆਂ ਨੇ ਕਾਨੂੰਨ ਦੇ ਵਿੱਚ ਜੋ ਖਾਮੀਆਂ ਕਿਸਾਨਾਂ ਨੇ ਬਾਰੀਦਾਰ ਬਾਰੀ ਜਿਹੜੀ ਨੰਬਰ ਵਾਈਜ਼ ਨੰਬਰ ਵਾਈਜ਼ ਉਹਨਾਂ ਨੂੰ ਦੱਸ ਦਿੱਤੀਆਂ ਕਿ ਆ ਇਹਨਾਂ ਵਿੱਚ ਖਾਮੀਆਂ ਨੇ ਤਾਂ ਸਰਕਾਰ ਇੱਕ ਵਾਸਤੇ ਮੰਨ ਵੀ ਰਹੀ ਆ ਤਾਂ ਫਿਰ ਕਿਸਾਨ ਹੁਣ ਇਹ ਗੱਲ ਦੇ ਉੱਪਰ ਅੜ ਚੁੱਕੇ ਨੇ ਕਿ ਜਦੋਂ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਇਹਦੇ ਵਿੱਚ ਇੰਨੇ ਨੁਕਸ ਨੇ ਇੰਨੀਆਂ ਖਾਮੀਆਂ ਨੇ ਫਿਰ ਡੱਬੇ ਨੂੰ ਖਾਲੀ ਕਰਨ ਦੇ ਵਿੱਚ ਤੁਹਾਨੂੰ ਕੀ ਹਾਰ ਜਾਏਗਾ ਡੱਬਾ ਪੂਰਾ ਪੂਰਾ ਖਤਮ ਕਰਦੇ ਤੁਹਾਨੂੰ ਕੀ ਹਾਰ ਜਾਏਗਾ ਕਿਉਂਕਿ ਸਰਕਾਰ ਸ਼ਾਇਦ ਇਸ ਮਨਸਾ ਦੇ ਵਿੱਚ ਹੈਗੀ ਕਿ ਉਹਨਾਂ ਦੀ ਆੜੀ ਰਹਿ ਜਾਵੇ ਕਿ ਜਿਹੜੇ ਕਾਨੂੰਨ ਬਣਾਏ ਸੀ ਅਸੀਂ ਉਹਦੇ ਵਿੱਚ ਸੋਚ ਨਹੀਂ ਕਹਿ ਸਕਦੇ ਕਿ ਕਿਤਨਾ ਕਿਤੇ